ਪਰਿਵਾਰ ਉੱਪਰ ਬੈਠੇ ਸੀ ਕਈਆਂ ਦੇ ਲੈਂਟਰ ਵੀ ਨਹੀਂ ਸੀ ਪਿੱਲਰ ਇੱਕ ਵੀ ਥੱਲੇ ਖਿਲ ਜਾਂਦਾ ਸਾਰਾ ਪਰਿਵਾਰ ਥੱਲੇ ਚਲ ਜਾਂਦਾ ਉਹ ਕਣਕ ਦੇ ਲਾਏ ਬੜੇ ਮਨ ਨੂੰ ਭਾਵੁਕ ਕਰਨ ਵਾਲੇ ਸੀ ਉਸ ਵੇਲੇ ਵੀ ਵਿਚਾਰ ਕੀਤੀ ਸੀ ਵੀ ਕਿਉਂ ਨਾ ਇਹਨਾਂ ਦਾ ਕੁਛ ਹੱਲ ਕੀਤਾ ਜਾਵੇ ਕਿਉਂ ਖੜਾ ਉਸ ਵੇਲੇ ਸਾਨੂੰ ਲੱਗਾ ਵੀ ਬੰਨ ਨੀਵਾ ਕਰਕੇ ਬੰਨ ਟੁੱਟਾ ਵੀ ਬੰਨ ਉੱਚਾ ਕਰ ਦੇ ਅਸੀਂ 6 ਮਹੀਨੇ ਉੱਧਰ ਲੱਗੇ ਨੇ ਥੱਲੇ ਬੰਨੇ ਚੱਜ ਜਦੋਂ ਇੱਥੇ ਆਣ ਕੇ ਦੇਖਿਆ ਜਦੋਂ ਸੱਚ ਕੋਈ ਜਾਣਾ ਮੇਰਾ ਅੱਜ ਬਾਬਾ ਜੀ ਨੂੰ ਇੱਥੇ ਸਪੈਸ਼ਲੀ ਮਿਲਦਾ ਕਾਰਨ ਇਹ ਸੀ ਮੈਂ ਅਸੀਂ ਇਹਨਾਂ ਤੋਂ ਸ਼ੀਲ ਬਾਗ ਲੈਣੀ ਸੀ ਅਸੀਂ ਇੱਕ ਕਹਿੰਦੇ ਨੇ ਸ਼ੁਰੂ ਤਾਂ ਕੀਤਾ ਸੀ 2019 ਚ ਇਹ ਕਮਿਸ਼ਨ ਸੀ ਨਰੋਲ ਕਹਿੰਦੇ ਨੇ ਮਿਸ਼ਨ ਕੋਈ ਰਾਜਨੀਤਿਕ ਪਾਰਟੀ ਦਾ ਕੋਈ ਇਹੋ ਜਿਹਾ ਕੰਮ ਸਾਡੇ ਪਿੱਛੇ ਨਹੀਂ ਸੀ ਤੇ ਅਸੀਂ ਕੁਝ ਦੋਸਤਾਂ ਨੇ ਸ਼ੁਰੂ ਕੀਤਾ ਵੀ ਯਾਰ ਪਿੰਡਾਂ ਵਿੱਚ ਸੁਧਾਰ ਲੈਣ ਚਲਾ ਪਿੰਡ ਦੇ ਲੋਕਾਂ ਨੂੰ ਜਾਗਰੂਕੀ ਕਰ ਉਹਦਾ ਮਿਸ਼ਨ ਦਾ ਨਾਂ ਅਸੀਂ ਰੱਖਿਆ ਜਾਗਰੂਕ ਮਾਲਵੇ ਦੀ ਧਰਤੀ ਤੇ 40 ਜਗ੍ਹਾ ਤੇ ਸਾਡਾ ਜਾਗਦਾ ਪੰਜਾਬ ਪਿੰਡ ਖੜਾ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਲਈ ਆਇਆ ਸੀ ਮੈਨੂੰ ਦੱਸੋ ਸੀ ਤੁਹਾਡੇ ਕੋਲੇ ਕਿੱਦਣ ਆਈਏ ਅਸੀਂ ਪ੍ਰਕਿਰਤੀ ਨੂੰ ਦੇਖੋ ਜਿਹੜੀ ਗੱਲ ਇਹ ਕਰ ਰਹੇ ਨੇ ਨਾ ਕੋਈ ਨਹੀਂ ਕਰ ਕੋਈ ਸਰਕਾਰ ਨਹੀਂ ਕਰ ਰਹੀ ਸਰਕਾਰ ਸਿਰਫ ਦਿਖਾਵੇ ਕਰਦੀ ਹੈ ਤੇ ਸਿਰਫ ਉਹ ਦਿਖਾਵਿਆਂ 'ਚ ਹੀ ਖਤਮ ਕਰ ਦਿੰਦੇ ਇਹ ਪ੍ਰੈਕਟੀਕਲ ਕਰਦੇ ਨੇ ਤੇ ਅਸੀਂ ਵੀ ਪ੍ਰੈਕਟੀਕਲ ਕਰਦੇ ਹਾਂ ਅਸੀਂ ਐਜੂਕੇਸ਼ਨ ਦੇ ਉੱਤੇ ਕਿਸਾਨੀ ਦੇ ਉੱਤੇ ਕਿਸਾਨੀ ਦੇਖੋ ਅਸੀਂ ਬਿੱਲਾਂ ਦੇ ਖਿਲਾਫ ਆ ਬਾਈ ਕਰਦੇ ਮੈਂ ਬੋਲ ਕੇ ਵੀ ਆਇਆ ਹਾਂ ਅਤੇ ਮੈਂ ਪਹਿਲੇ ਦਿਨ ਤੋਂ ਨਾਲ ਜੁੜਿਆ ਕਲਾਕਾਰ ਮੈਂ ਬਾਅਦ 'ਚ ਪਹਿਲਾਂ ਕਿਸਾਨ ਦਾ ਪੁੱਤ ਹੈ ਜੀ ਪਹਿਲਾਂ ਕਿਸਾਨ ਦਾ ਪੁੱਤ ਮੇਰੇ ਬਾਪੂ ਜੀ ਫਰੀਡਮ ਫਾਈਟਰ ਸੀ ਪੋਲੀਟੀਸ਼ੀਅਨ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਮਜਾਰਾ ਮੂਵਮੈਂਟ ਦੇ ਵਿੱਚ ਕੰਮ ਕੀਤਾ ਅਤੇ ਉਹੀ ਖੂਨ ਮੇਰੀਆਂ ਰਹਿ ਗਿਆ ਅਤੇ ਮੈਂ ਵੀ ਉਸੇ ਦਿਨ ਨਿੱਕੇ ਰੋਡ ਤੁਰ ਪਿਆ ਕਿ ਮੈਂ ਇੱਕ ਵੀ ਪ੍ਰੋਗਰਾਮ ਨਹੀਂ ਕਿਸੇ ਇੱਕ ਥਾਂ 'ਤੇ ਕੀਤਾ ਵੀ ਨਾ ਬਈ ਮੈਂ ਤਾਂ ਉੱਥੇ ਲੱਗਿਆ ਹੋਇਆ ਅਤੇ ਨਿਰੰਤਰ ਲੱਗਿਆ ਹੋਇਆ ਸਾਰੇ ਹਰ ਕੰਮ ਦੇ ਰਹੇ ਨੇ ਜਾਣਾ ਰਾਜਸਥਾਨ 'ਚ ਵੀ ਜਾਣਾ ਪੰਜਾਬ 'ਚ ਵੀ ਜਾਣਾ ਜਿੱਥੇ ਪਸਾਬਾ ਉੱਥੇ ਚਲਾ ਅਤੇ ਉਹ ਸਾਡੇ ਮਨ 'ਚ ਕਸ ਨਹੀਂ ਤੋ ਉਹੀ ਕਸਕ ਨੂੰ ਲੈ ਕੇ ਅਸੀਂ ਸੋਚਿਆ ਸੀ ਕਿ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਹ ਜਿਹੜਾ ਆਹ ਪਾਣੀ ਜਿਹੜਾ ਸਾਡਾ ਪਾਣੀ ਗੰਗਾ ਕਰ ਰਿਹਾ ਅਸੀਂ ਮੰਨਦੇ ਹਾਂ ਹੋਰ ਤਾਂ ਕੋਈ ਨਹੀਂ ਕਰ ਰਿਹਾ ਸਾਡੀ ਜਿਹੜੀ ਚੇਤਨਾ ਜਗਾਉਣ ਦੀ ਲਹਿਰ ਹੈਗੀ ਹੈ ਜਿਹਦੀ ਦੇਰ ਤੱਕ ਬਾਬਾ ਜੀ ਨੇ 21 ਸਾਲ ਹੋ ਗਏ ਹੈ ਉਹ ਬੇਈ ਦਾ ਪਹਿਲਾਂ ਦਾ ਹਾਲ ਦੇਖ ਲਓ ਵੀ ਕਿੱਥੋਂ ਤੋਂ ਕਿੱਥੇ ਲਿਆਉਂਦੀ ਹੈਗੀ ਅਤੇ ਉਹ ਬੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਇਹ ਵਨਸ ਏ ਡੇ ਇੱਕ ਦਿਨ 'ਚ ਨਹੀਂ ਹੁੰਦੀਆਂ ਉਹ ਇਹੋ ਜਿਹੀ ਸ਼ਖਸੀਅਤ ਜਦੋਂ ਉੱਠਦੀ ਹੈ ਨਾ ਇਹੋ ਜਿਹੇ ਲੋਕ ਜਦੋਂ ਮੂਹਰੇ ਲੱਗਦੇ ਨੇ ਤੇ ਲੋਕਾਂ 'ਚ ਜਾਗਰਤੀ ਪੈਦਾ ਹੁੰਦੀ ਹੈ ਇਹਨਾਂ ਦੇ ਨਾਲ ਆ ਸਾਰੇ ਤੁਸੀਂ ਪਿੰਡਾਂ ਦੇ ਲੋਕ ਹੀ ਹੋ ਨਾ ਜਿਹੜੇ ਜੁੜੇ ਹੋਏ ਹੋ ਇਹਨਾਂ ਦੀ ਸੋਚ ਨੂੰ ਜੁੜੇ ਹੋਏ ਤੇ ਅਸੀਂ ਵੀ ਇਹਨਾਂ ਦੀ ਸੋਚ ਕਰਕੇ ਇੱਥੇ ਆਏ ਹੋਏ ਹਾਂ ਅੱਜ ਮੈਂ ਸਤਲੁਜ ਦੇ ਉਸ ਜਗ੍ਹਾ ਤੇ ਖੜਾ ਜਿੱਥੇ ਬਾਬਾ ਬਲਬੀਰ ਸਿੰਘ ਸੀਚੇਵਾਲ ਸਾਹਿਬ ਪਦਮਸ਼ੀਰੇ ਇੱਥੇ ਕਾਰ ਸੇਵਾ ਕਰ ਰਹੇ ਨੇ ਕਿਉਂ ਕਰ ਰਹੇ ਨੇ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ 22 ਪਿੰਡਾਂ ਦੇ ਵਿੱਚ ਕਿੰਨੀ ਵਾਰ ਇੱਥੇ ਹੜ੍ਹ ਦੀ ਮਾਰ ਹੋਈ ਹੈ ਸਰਕਾਰਾਂ ਵੇਸਲੀਆਂ ਨੇ ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀਆਂ ਆ JCB ਜਿਹੜੀਆਂ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਨੇ ਸਾਰੀਆਂ ਹੀ ਇਹ ਬਾਬਾ ਜੀ ਦੀਆਂ ਆਪਣੀਆਂ ਨੇ ਅਤੇ ਇਹ ਉਸ ਪੁਲ ਨੂੰ ਖੋਦ ਰਹੇ ਨੇ ਜਿਹੜਾ ਪੁਲ 16 ਫੁੱਟ ਡੂੰਘਾ ਹੋਣ ਦੇ ਬਾਵਜੂਦ ਸਿਰਫ 1 ਫੁੱਟ ਪਾਣੀ ਜਗ੍ਹਾ ਰਹਿ ਗਈ ਹੈ ਬਾਕੀ ਸਭ ਰੇਤੇ ਨਾਲ ਢੱਕਿਆ ਹੋਇਆ ਸੋ ਉਸ ਨੂੰ ਇਹ ਲਗਾਤਾਰ ਨਿਰੰਤਰ ਇਸ ਕਾਰ ਸੇਵਾ ਦੇ ਜ਼ਰੀਏ ਆਹ ਟੀਪਰ ਲੱਗੇ ਹੋਏ ਨੇ ਜਿਨ੍ਹਾਂ ਦੇ ਜ਼ਰੀਏ ਇਹ ਸਾਰਾ ਕੁਝ ਭਰਿਆ ਜਾ ਰਿਹਾ ਹੈ ਅਤੇ ਇਸ ਪੁਲ ਨੂੰ ਨਿਰੰਤਰ ਇਸ ਤਰ੍ਹਾਂ ਉਹ ਖਾਲੀ ਕੀਤਾ ਜਾ ਰਿਹਾ ਜਿਹੜਾ ਅੰਗਰੇਜ਼ਾਂ ਦਾ 1904 'ਚ ਬਣਾਇਆ ਪੁਲ ਹੈ ਸੋ ਇਹ ਜਿਹੜਾ ਭਲੇ ਦਾ ਕੰਮ ਬਾਬਾ ਜੀ ਨੇ ਪਹਿਲਾਂ ਉੱਥੇ ਵੇਈ ਦੇ ਉੱਤੇ ਜੋ ਕੰਮ ਕੀਤਾ ਜੋ ਅਵੇਅਰਨੈਸ ਲੋਕਾਂ 'ਚ ਪੈਦਾ ਕੀਤੀ ਹੈ ਕਿ ਮਨੁੱਖ ਅਤੇ ਰੁੱਖ ਅਤੇ ਸਾਡੇ ਪਾਣੀ ਨੂੰ ਉਸ ਨੂੰ ਸਾਹਮੋ ਜੋ ਬਾਬੇ ਨਾਨਕ ਦਾ ਪ੍ਰਚਾਰ ਹੈ ਉਸ ਨੂੰ ਲੈ ਕੇ ਇਹ ਤੁਰੇ ਹੋਏ ਨੇ ਅਤੇ ਸਾਨੂੰ ਸਾਰਿਆਂ ਨੂੰ ਮੈਂ ਕਲਾਕਾਰ ਬਾਦਸ਼ਾਹ ਪਰ ਪਹਿਲਾਂ ਮੈਂ ਇੱਕ ਇਨਸਾਨ ਹਾਂ ਅਤੇ ਸਾਨੂੰ ਸਾਰੇ ਲੋਕਾਂ ਨੂੰ ਇਹ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਅਤੇ ਆਉਣਾ ਚਾਹੀਦਾ ਅਤੇ ਇਸ ਜਗ੍ਹਾ ਦੇ ਉੱਤੇ ਜਿੱਥੇ ਇਸ ਤਰ੍ਹਾਂ ਦਾ ਅੱਛਾ ਕੰਮ ਚੱਲ ਰਿਹਾ ਹੋਵੇ ਉਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਇਸ ਗੱਲ ਦੇ ਲਈ ਬਾਬਾ ਜੀ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ